फिर जिस टाइम साडे दादा जी ने फिर जिहड़े वस्त्र दे के गए ने महाराज जी साडे दादा जी नूं दे के गए सीगे। ਅਤੇ ਕਹਿੰਦੇ ਵੀ ਫਿਰ ਅਸੀਂ ਹੁਣ ਤੁਹਾਨੂੰ ਇੱਕ ਵਸਤ ਦੇ ਕੇ ਜਾਣੀ ਆ, ਉਹਨਾਂ ਕੋਲ ਤੁਸੀਂ ਸਾਂਭ ਕੇ ਰੱਖੋ ਵੀ ਜਿੱਦਾਂ ਤੁਸੀਂ ਮੇਰੇ ਨਾਲ ਗੱਲ ਕਰਦੇ ਹੋ ਤੁਸੀਂ ਇੱਦਾਂ ਹੀ ਉਹਨਾਂ ਦੇ ਵਿੱਚ ਗੱਲ ਕਰ ਲਿਆ ਕਰੋ, ਤੁਹਾਨੂੰ ਆਵਾਜ਼ ਸੁਣਿਆ ਕਰੋ, ਆਤਮਕ ਆਵਾਜ਼ ਆਇਆ ਕਰੋ ਤੁਹਾਨੂੰ। ਅਤੇ ਜੀ ਉਹਨਾਂ ਨੇ ਆਪਣੇ ਪੂਰੇ ਵਸਤਰ ਇੱਕ ਉਹਨਾਂ ਦੇ ਲਪੇਟ ਕੇ ਦਿੱਤੇ, ਕਹਿੰਦੇ ਵੀ ਆਹ ਮੇਰੀ ਦਾਤ ਰੱਖ। ਸੰਤ ਬਾਬਾ ਈਸਰ ਸਿੰਘ ਜੀ ਨੇ ਆਪਣੇ ਵਸਤਰ ਆਪਣੇ ਹੱਥੀਂ ਦਾਦਾ ਜੀ ਨੂੰ ਦਿੱਤੇ। ਅਤੇ ਉਹਦੇ 'ਚ ਦੋ ਸ੍ਰੀ ਸਾਹਿਬ ਸੀਗੇ, ਡੋਲ ਸੀ ਸਿਮਰਨਾ ਅਤੇ ਵਸਤਰ ਸੀਗੇ ਮਹਾਰਾਜ ਜੀ ਦੇ। ਇੱਕ 20-25 ਸਾਲ ਦੀ ਲੜਕੀ ਵੀ ਉਹਦੇ ਮੰਮੀ ਮਾਤਾ ਪਿਤਾ ਜਿਹੜੇ ਸੀਗੇ ਵੀ ਉਹਨਾਂ ਨੇ ਹੱਥ ਬੰਨੇ ਹੋਏ ਉਹਦੇ, ਮਹਾਰਾਜ ਜੀ ਕੋਲ ਲੈ ਕੇ ਗਏ ਸੀਗੇ, ਮੈਂਟਲੀ ਅਪਸੈਟ ਸੀ। ਅਤੇ ਮਹਾਰਾਜ ਜੀ ਦੇ ਚਰਨ 'ਚ ਅਰਦਾਸ ਕੀਤੀ, ਮਹਾਰਾਜ ਜੀ ਵੀ ਧੀ ਜਵਾਨ ਆ, ਕੱਪੜੇ ਪਾੜ ਦਿੰਦੀ ਆ, ਵੀ ਮਿਹਰ ਕਰੋ, ਇਹਦਾ ਕਰਮ ਕੱਟੋ, ਕਿਹੜੇ ਕਰਮ ਦੇ ਵਿੱਚ ਇਹੋ ਜਿਹਾ ਕਰਮ ਕਿਹੜਾ ਹੋ ਗਿਆ। ਕਹਿੰਦੇ ਮੈਨੂੰ ਇਹ ਵੀ ਪਤਾ ਵੀ ਤੁਸੀਂ ਜਿਹੜੀ ਘੋੜਾ ਚੇਂਜ ਕਰਨ ਚੱਲੇ ਹੋ, ਵੀ ਤੁਸੀਂ ਆਪਣਾ ਹੁਣ ਸਰੀਰਕ ਤੌਰ 'ਤੇ ਨਹੀਂ ਵਰਤੋਂਗੇ ਇੱਦਾਂ ਹੀ, ਪਰ ਸਰੀਰਕ ਤੌਰ 'ਤੇ ਤੁਸੀਂ ਅਤੇ ਕਿਉਂਕਿ ਤੁਹਾਡਾ ਸਮਾਂ ਉੱਥੇ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੰਤ ਈਸ਼ਰ ਸਿੰਘ ਜੀ ਮਹਾਰਾਜ ਰਾੜਾ ਸਾਹਿਬ ਵਾਲਿਆਂ ਦੇ ਧੰਨ ਗੁਰੂ ਨਾਨਕ ਦਰਸ਼ਨ ਕੀਤੇ ਆ, ਉਹਨਾਂ ਦੇ ਵਚਨਾਂ ਦਾ, ਉਹਨਾਂ ਦੀ ਜਿੱਥੇ ਤੱਕ ਸਾਨੂੰ ਪਤਾ ਲੱਗਿਆ ਕਿ ਗੋਦ ਦਾ ਵੀ ਤੁਸੀਂ ਨਿੱਘ ਮਾਣਿਆ। ਧੰਨ ਗੁਰੂ ਨਾਨਕ, ਹਾਂਜੀ ਚਰਨਾਂ ਦੇ ਵਿੱਚ ਖੇਡੇ ਵੀ ਆ ਅਤੇ ਗੋਦ ਦਾ ਬਹੁਤ ਨਿੱਘ ਮਾਣਿਆ ਸੀ ਉਹਨਾਂ ਦੇ। ਸਾਡੇ ਦਾਦਾ ਜੀ ਬਾਬਾ ਕਰਮ ਸਿੰਘ ਜੀ ਉਹਨਾਂ ਦੇ ਨਾਲ ਰਹਿੰਦੇ ਹੁੰਦੇ ਸੀ, ਜਾਣੀ ਸੰਤ ਬਾਬਾ ਈਸਰ ਸਿੰਘ ਜੀ ਮਹਾਰਾਜ ਜੀ ਉਹਨਾਂ ਨੂੰ ਬਾਬਾ ਜੀ ਕਹਿ ਕੇ ਬੁਲਾਉਂਦੇ ਹੁੰਦੇ ਸੀ, ਅਤੇ ਉਹਨਾਂ ਦੀ ਬਦੌਲਤ ਹੀ ਸਾਡਾ ਜਨਮ ਵੀ ਉਹਨਾਂ ਦੀ ਹੀ ਕਿਰਪਾ ਨਾਲ, ਉਹਨਾਂ ਦੀ ਮਿਹਰ ਸਦਕਾ ਹੀ ਹੋਇਆ। ਤੁਸੀਂ ਉਦੋਂ ਕਿੰਨੀ ਉਮਰ ਸੀ? ਅਸੀਂ ਛੋਟੇ ਸੀ, ਜਿਵੇਂ ਰੁੜਦੇ ਹੁੰਦੇ ਹਾਂ, ਕੋਈ ਜਨਮ ਹੀ ਉਹਨਾਂ ਦੇ ਕੋਲ ਹੋਇਆ, ਛੋਟੇ ਹੀ ਸੀ ਫਿਰ ਤਾਂ। ਜਦ ਦਾਦਾ ਜੀ ਜਾਂਦੇ ਹੁੰਦੇ ਸੀ ਸਾਨੂੰ, ਬਾਪੂ ਜੀ ਸਾਡੇ ਪਿਤਾ ਜੀ ਸਰਦਾਰ ਮੇਹਰ ਸਿੰਘ ਜੀ ਇਹ ਸਾਨੂੰ ਲੈ ਕੇ ਜਾਂਦੇ ਹੁੰਦੇ ਸੀ ਉੱਥੇ, ਅਤੇ ਅਸੀਂ ਉਹਨਾਂ ਕੋਲ ਬੈਠੇ ਰਹਿਣਾ, ਉਹਨਾਂ ਕੁਛ ਖੇਡਦੇ ਰਹਿਣਾ, ਅਸੀਂ ਉਹਨਾਂ ਦੀ ਸੇਵਾ ਲੱਗ ਜਾਣਾ ਅਤੇ ਅਸੀਂ ਉਹਨਾਂ ਦੇ ਚਰਨਾਂ 'ਚ ਖੇਡਦੇ ਰਹਿਣਾ। ਬਹੁਤ ਅਸੀਂ ਉਹਨਾਂ ਤੋਂ, ਸਾਡਾ ਜ਼ਿੰਦਗੀ ਦਾ ਜਿਹੜਾ ਪੜਾਅ ਅਸੀਂ ਉੱਥੇ ਸ਼ੁਰੂ ਹੋਇਆ, ਸਾਡਾ ਗੁਰਸਿੱਖੀ ਵੱਲ ਝੁਕਾ ਉੱਥੇ ਸ਼ੁਰੂ ਹੋਇਆ। ਜਿਹੜੇ ਸਾਡੇ ਪੜਦਾਦਾ ਜੀ ਸੀਗੇ ਅਤੇ ਉਹ ਸੰਤ ਬਾਬਾ ਜੀਵਨ ਸਿੰਘ ਜੀ, ਉਹ ਸੀ ਸੰਤ ਬਾਬਾ ਅਤਰ ਸਿੰਘ ਜੀ ਰੇਦੂ ਸਾਹਿਬ ਵਾਲਿਆਂ ਦੇ ਨਾਲ ਸੀਗੇ। ਸਾਡਾ ਇਹ ਪਿਛੋਕੜ ਚੱਲਿਆ ਆ ਰਿਹਾ ਇੱਧਰੋਂ ਹੀ। ਸੰਤ ਈਸ਼ਰ ਸਿੰਘ ਮਹਾਰਾਜ ਤੁਸੀਂ ਕਾਫੀ ਦੱਸਦੇ ਹੋ ਵੀ ਨੇੜਤਾ ਵੀ ਰਹੀ, ਮੈਂ ਚਾਹੁੰਦਾ ਵੀ ਕੋਈ ਘਟਨਾ ਤੁਹਾਡੇ ਨਾਲ ਜਿਹੜੀ ਮਹਾਰਾਜ ਦੇ ਨਾਲ ਕੋਈ ਵਾਪਰੀ ਹੋਵੇ ਜਿਹੜੀ ਤੁਸੀਂ ਬਹੁਤ ਤੁਹਾਨੂੰ ਯਾਦ ਹੋਵੇ। ਸਾਡੇ ਦਾਦਾ ਜੀ ਦੱਸਦੇ ਹੁੰਦੇ ਸੀ ਵੀ ਇੱਕ 20-25 ਸਾਲ ਦੀ ਲੜਕੀ ਵੀ ਉਹਦੇ ਮੰਮੀ ਮਾਤਾ ਪਿਤਾ ਜਿਹੜੇ ਸੀਗੇ ਵੀ ਉਹਨਾਂ ਨੇ ਹੱਥ ਬੰਨੇ ਹੋਏ ਉਹਦੇ, ਮਹਾਰਾਜ ਜੀ ਕੋਲ ਲੈ ਕੇ ਗਏ ਸੀਗੇ, ਮੈਂਟਲੀ ਅਪਸੈਟ ਸੀ। ਅਤੇ ਮਹਾਰਾਜ ਜੀ ਦੇ ਚਰਨਾਂ 'ਚ ਅਰਦਾਸ ਕੀਤੀ, ਮਹਾਰਾਜ ਵੀ ਧੀ ਜਵਾਨ ਆ, ਕੱਪੜੇ ਪਾੜ ਦਿੰਦੀ ਆ, ਵੀ ਮਿਹਰ ਕਰੋ, ਇਹਦਾ ਕਰਮ ਕੱਟੋ, ਕਿਹੜੇ ਕਰਮ ਦੇ ਵਿੱਚ ਇਹੋ ਜਿਹਾ ਕਰਮ ਕਿਹੜਾ ਹੋ ਗਿਆ। ਕਿਉਂਕਿ ਅਸੀਂ ਕਰਮ ਕਰਨ ਲੱਗੇ ਨਹੀਂ ਸੋਚਦੇ, ਪਰ ਭੁਗਤਣ ਲੱਗੇ ਸਾਡੇ ਨਾਲ ਸਾਡਾ ਪਰਿਵਾਰ ਵੀ ਸੋਚਦਾ ਫਿਰ, ਕਿਉਂਕਿ ਬੰਨਿਆ ਜਾਂਦਾ ਕਰਮ, ਜਿਨ੍ਹਾਂ ਦੇ ਨਾਲ ਕਰਮ ਕੀਤਾ ਹੁੰਦਾ ਇੱਕ ਮਾਲਾ ਦੇ ਪਰੋ ਕੇ ਅੱਗੇ ਪਰਿਵਾਰ ਦੇ ਵਿੱਚ ਆ ਜਾਂਦਾ ਕਰਮ ਸਾਰਾ ਹੀ। ਅਤੇ ਉਹਨਾਂ ਨੇ ਕੀ ਕੀਤਾ, ਕਹਿੰਦੇ ਮਹਾਰਾਜ ਮਿਹਰ ਕਰੋ। ਸੰਤ ਬਾਬਾ ਈਸਰ ਸਿੰਘ ਜੀ ਮਹਾਰਾਜ ਦੀਵਾਨ 'ਤੇ ਬੈਠੇ ਸੀਗੇ ਅਤੇ ਸਾਡੇ ਦਾਦਾ ਜੀ ਥੋੜ੍ਹੀ ਦੂਰ ਥੱਲੇ ਬੈਠੇ ਸੀ, ਅਤੇ ਉਹ ਕਹਿੰਦੇ ਬਈ ਮੈਨੂੰ ਤਾਂ ਸੰਗਤ ਨੇ ਹੀ ਬਿਠਾ ਤਾ, ਮੈਂ ਕੋਈ ਬਾਬਾ ਨਹੀਂ, ਸੰਗਤ ਨੇ ਮੈਨੂੰ ਬਾਬਾ ਬਣਾ ਕੇ ਉੱਚੀ ਜਗ੍ਹਾ 'ਤੇ ਬਿਠਾ ਤਾ। ਅਤੇ ਕਹਿੰਦੇ ਵੀ ਉਹ ਥੱਲੇ ਬੈਠਾ, ਉੱਧਰ ਲੈ ਜਾ, ਬਾਬਾ ਤਾਂ ਉਹ ਆ। ਚਲੋ ਸਾਡੇ ਦਾਦਾ ਜੀ ਕੋਲ ਲੈ ਗਏ, ਕਹਿੰਦੇ ਮੇਰੇ ਕੋਲ ਆਉਂਦੇ ਹੀ ਕਹਿੰਦੇ ਮੈਂ ਅਰਦਾਸ ਕੀਤੀ ਬਈ ਮੈਂ ਤਾਂ ਉਹਦੇ ਚਰਨਾਂ ਦਾ ਸੇਵਕ ਆ, ਚਰਨਾਂ ਦੀ ਧੂੜ ਬਣ ਜਾਵਾਂ ਬਹੁਤ ਵੱਡੀ ਗੱਲ ਆ, ਬਈ ਉਹੀ ਨੇ ਮੇਨ ਰੱਬ ਦਾ ਰੂਪ, ਰੱਬ ਨੇ ਮੇਨ ਉਹ ਜੋ ਇਹਨਾਂ ਨੇ ਕਹਿਤਾ, ਜੋ ਇਹਨਾਂ ਦੇ ਮੁੱਖ 'ਚੋਂ ਨਿਕਲ ਗਿਆ ਸਮਝ ਲਓ ਵੀ ਸੱਚਖੰਡ 'ਚੋਂ ਨਿਕਲ ਗਿਆ, ਬਈ ਪਾਸ ਆ ਉਹ, ਫੇਲ ਨਹੀਂ ਕਦੇ ਹੁੰਦਾ, ਵੀ ਉਹਨਾਂ ਕੋਲ ਲੈ ਕੇ ਜਾਓ ਤੁਸੀਂ। ਯਾਨੀ ਕਿ ਇੱਦਾਂ ਹੀ ਉਹਨਾਂ ਨੇ ਸੰਤ ਬਾਬਾ ਈਸਰ ਸਿੰਘ ਜੀ ਮਹਾਰਾਜ ਜੀ
ਮਾਂ ਦਾਦਾ ਜੀ ਕੋ ਭੇਜ ਦਿੰਦੇ ਸੀ, ਦਾਦਾ ਜੀ ਸੰਤ ਬਾਬਾ ਈਸਰ ਸਿੰਘ ਜੀ ਕੋ ਭੇਜ ਦਿੰਦੇ ਸੀ, ਉਹ 4-5 ਚੱਕਰ ਲਵਾਤੇ ਉਹਨਾਂ ਦੇ। ਚੱਕਰ ਲਵਾਉਣ ਤੋਂ ਬਾਅਦ ਫਿਰ ਉਹਨਾਂ ਨੇ ਕਿਹਾ, ਕਹਿੰਦੇ ਲੈ ਜਾਓ ਉੱਧਰ ਤੁਸੀਂ, ਬਾਬਾ ਜੀ ਜਿਹੜੇ ਬੈਠੇ ਨੇ ਥੱਲੇ, ਦਾਦਾ ਜੀ ਕੋ ਭੇਜਤਾ ਉਹਨਾਂ ਨੇ। ਅਤੇ ਦਾਦਾ ਜੀ ਕਹਿੰਦੇ ਸਾਡੀਆਂ ਅਤੇ ਉਹਨਾਂ ਦੀਆਂ ਅੱਖਾਂ ਬੰਦ ਹੋ ਗਈਆਂ ਮਹਾਰਾਜ ਜੀ ਨੇ ਅੰਦਰ। ਉਹ ਫਿਰ ਖਾਤੇ ਨਾਲ ਵੀ ਜਿਹੜਾ ਫਿਰ ਕੱਲ੍ਹ ਦਿਨ ਉਹਨਾਂ ਨੇ ਫਿਰ ਆਪਸ ਵਿੱਚ ਹੀ ਕੋਈ ਵਿਚਾਰ ਕੀਤਾ, ਤਾਂ ਦਾਦਾ ਜੀ ਕਹਿਣ ਲੱਗੇ ਬਈ ਬੱਚੀ ਦੇ ਹੱਥ ਖੋਲ੍ਹ ਦਿਓ ਤੁਸੀਂ, ਬ੍ਰਹਮ ਗਿਆਨੀ ਕੀ ਗੱਤ, ਬ੍ਰਹਮ ਗਿਆਨੀ ਜਾਣੇ, ਕਿਉਂਕਿ ਦਾਦਾ ਜੀ ਵੀ ਬ੍ਰਹਮ ਗਿਆਨ ਸੀ, ਉਹ ਵੱਡੇ ਬ੍ਰਹਮ ਗਿਆਨੀ ਸੀ। ਇੱਕ ਬ੍ਰਹਮ ਗਿਆਨੀ, ਬ੍ਰਹਮ ਗਿਆਨੀ ਤੋਂ ਉੱਤੇ ਰਾਜ ਯੋਗ ਹੋ ਜਾਂਦਾ ਵੀ ਜਿਵੇਂ ਅੱਖਾਂ ਖੁੱਲੀਆਂ ਅਤੇ ਬ੍ਰਹਮ ਗਿਆਨ ਸਾਰਾ ਸਭ ਗੋਬਿੰਦ ਹੈ, ਜਿਵੇਂ ਭਾਈ ਘਨੱਈਆ ਜੀ ਨੂੰ ਹੋਇਆ ਸੀ। ਕਹਿੰਦੇ ਮਹਾਰਾਜ ਵੀ ਤਾਂ ਦੁਸ਼ਮਣ ਦੀ ਸੇਵਾ ਕਰਦਾ, ਕਹਿੰਦਾ ਮਹਾਰਾਜ ਮੈਨੂੰ ਤਾਂ ਜਿਹੜਾ ਦਿਖਦਾ ਤੇਰਾ ਰੂਪ ਆ, ਜੋ ਦਿਸੇ ਸੋ, ਕਹਿੰਦਾ ਮੈਨੂੰ ਕੋਈ ਤਿੱਤ ਵਗੈਰਾ ਦਿਖੇ ਨਹੀਂ ਰਿਹਾ। ਮਹਾਰਾਜ ਜੀ ਕਹਿਣ ਲੱਗੇ ਵੀ ਭਾਈ ਹੱਥ ਖੋਲ੍ਹਦਾ, ਦੂਰੀ ਵਾਰ ਫਿਰ ਕਹਿਤਾ। ਕਹਿੰਦੇ ਮਹਾਰਾਜ ਕੱਪੜੇ ਪਾੜ ਦਿੰਦੀ ਆ ਵੀ ਜਵਾਨ ਧੀ ਆ ਵੀ। ਜਦ ਤੀਸਰੀ ਵਾਰ ਦਾਦਾ ਜੀ ਕਹਿਣ ਲੱਗੇ, ਸੰਗਤ ਨੇ ਉਸ ਦੇ ਡੈਡੀ ਦੇ ਮੂੰਹ 'ਤੇ ਹੱਥ ਰੱਖਤਾ, ਕਹਿੰਦੇ ਚੁੱਪ ਕਰਕੇ ਬੋਲ ਨਾ, ਕਹਿਣਾ ਮਨ ਹੱਥ ਖੋਲ੍ਹ ਦੇ। ਚਲੋ ਕੁੜੀਆਂ ਦੇ ਹੱਥ ਖੋਲ੍ਹਤੇ, ਕੁੜੀਆਂ ਦੇ ਹੱਥ ਖੋਲ੍ਹਣ ਤੋਂ ਬਾਅਦ ਅਤੇ ਫਿਰ ਇਹਨਾਂ ਨੇ ਪੁੱਛਿਆ ਦਾਦਾ ਜੀ ਨੇ, ਪੁੱਤਰ ਮੈਨੂੰ ਇਹ ਗੱਲ ਦੱਸ ਵੀ ਤੂੰ ਜਵਾਨ ਆ, ਸਿਆਣੀ ਧੀ ਆ, ਤੂੰ ਤੇਰੇ ਹੱਥ ਕਿਉਂ ਬੰਨੇ ਗਏ ਨੇ। ਦਾਦਾ ਜੀ ਨੇ ਪੁੱਛਿਆ, ਦਾਦਾ ਜੀ ਨੂੰ ਫਿਰ ਦੱਸਿਆ, ਕਹਿੰਦੀ ਬਾਬਾ ਜੀ ਮੈਂ ਤੁਹਾਡੇ ਕੋਲੋਂ ਇਹੀ ਗੱਲ ਪੁੱਛਣੀ ਆ, ਮੇਰੇ ਹੱਥ ਕਿਉਂ ਬੰਨੇ, ਮੇਰੇ ਮਾਂ ਪਿਓ ਨੇ ਮੇਰੇ ਹੱਥ ਕਿਉਂ ਬੰਨੇ ਇਹਨਾਂ ਨੇ। ਕਹਿੰਦੇ ਪੁੱਤਰ ਇਹ ਕਹਿ ਰਹੇ ਨੂੰ ਕੱਪੜੇ ਪਾੜ ਦਿੰਦੀ ਆ। ਕਹਿੰਦੇ ਬਾਬਾ ਜੀ ਮੈਂ ਤਾਂ ਤੁਹਾਡੇ ਸਾਹਮਣੇ ਠੀਕ ਬੈਠੀ ਹਾਂ। ਕਹਿੰਦੇ ਠੀਕ ਹੈ ਪੁੱਤ ਤੂੰ? ਕਹਿੰਦੇ ਹਾਂ, ਦੇਖ ਲੈ ਪੁੱਤ। ਕਹਿੰਦੇ ਕਹਿੰਦੇ ਬਾਬਾ ਜੀ ਮੈਂ ਬਿਲਕੁਲ ਠੀਕ ਹਾਂ, ਮੈਂ ਹੋਸ਼ ਵਿੱਚ ਹਾਂ ਪੂਰੇ 'ਚ। ਚਲੋ ਠੀਕ ਹੈ ਫਿਰ। ਮਹਾਰਾਜ ਜੀ ਨੇ, ਦਾਦਾ ਜੀ ਨੇ ਮਹਾਰਾਜ ਜੀ ਕੋ ਭੇਜਤਾ ਵੀ ਉੱਧਰ ਜਾਓ, ਨਮਸਕਾਰ ਕਰੋ, ਪਿਆਰ ਲਓ ਉੱਧਰ। ਚਲੋ ਸੰਤ ਬਾਬਾ ਈਸਰ ਸਿੰਘ ਜੀ ਕੋ ਮਹਾਰਾਜ ਜੀ ਕੋਲ ਗਏ ਪਰਿਵਾਰ ਸਾਰਾ, ਅਤੇ ਉਹਨਾਂ ਨੇ ਕਿਹਾ ਭਾਈ ਅੰਦਰ ਆਪਣਾ ਜਾ ਕੇ ਨਮਸਕਾਰ ਕਰੋ। ਮਹਾਰਾਜ ਜੀ ਨੇ ਜਿੱਥੋਂ ਅਸੀਂ ਚੀਜ਼ ਤੁਹਾਨੂੰ ਲੈ ਕੇ ਦਿੱਤੀ ਆ, ਜਿਹਦੀ ਬਦੌਲਤ ਸਾਨੂੰ ਉਰੇ ਬਿਠਾਇਆ ਹੋਇਆ, ਉਹਦੇ ਕੋਲ ਜਾਓ, ਉਹਦੇ ਚੰਨ 'ਚ ਡੰਡੌਤ ਕਰੋ ਅਤੇ ਬੇਨਤੀ ਕਰੋ ਮਹਾਰਾਜ ਐਸਾ ਸਮਾਂ ਦੂਰੀ ਵਾਰ ਫਿਰ ਨਾ ਕਦੇ ਆਵੇ, ਮਿਹਰ ਕਰ ਦਿਓ। ਚਲੋ ਉੱਧਰ ਚਲੇ ਗਏ। ਸੰਗਤ ਪੁੱਛਣ ਲੱਗ ਗਈ, ਮਹਾਰਾਜ ਵੀ ਇਹ ਕੌਤਕ ਕੀ ਵਰਤਿਆ ਤੁਸੀਂ, ਵੀ ਪਹਿਲੇ ਚੱਕਰ ਦੇ ਵਿੱਚ ਵੀ ਹੋ ਸਕਦਾ, ਤੁਸੀਂ 4 ਚੱਕਰ ਲਵਾਏ, ਪਹਿਲੇ ਚੱਕਰ 'ਚ ਕਿਉਂ ਨਹੀਂ ਕੀਤਾ ਤੁਸੀਂ? ਫਿਰ ਮਹਾਰਾਜ ਜੀ ਨੇ ਕਿਹਾ, ਕਹਿੰਦੇ ਭਾਈ ਇਹਦੇ 4 ਜਨਮ ਇਸ ਹਾਲਤ ਦੇ ਵਿੱਚ ਨਿਕਲਣੇ ਸੀ, 4 ਜਨਮ ਆਉਣਾ ਜ਼ਰੂਰ ਸੀ ਇਹਨੇ ਜਨਮ ਲੈ ਕੇ, ਇਹਦਾ ਦਿਮਾਗ ਮੈਂਟਲੀ ਅਪਸੈਟ ਰਹਿਣਾ ਸੀ। ਕਹਿੰਦੇ ਭਾਈ ਇਹਦੇ ਬਰਾਬਰ ਦੀ ਭਗਤੀ ਦੇਣੀ ਪਈ ਸਾਨੂੰ, ਉਹਦੇ ਖਾਤੇ 'ਚ ਪਾਉਣੀ ਪਈ, ਤਾਂ ਉਹ ਜਨਮ ਨੇ 4 ਜਨਮ ਕੱਟੇ ਕੇ ਹੁਣ ਇਹ ਅਸਲੀ 5ਵੇਂ ਜਨਮ ਦੇ ਵਿੱਚ ਆਪਣਾ ਹੁਣ ਇਹ ਆਨੰਦ ਲੈ ਰਹੀ ਹੈ ਕੁੜੀ, ਵੀ ਤਾਂ ਕਰਕੇ ਠੀਕ ਹੋਈ ਆ ਇਹ। ਬਹੁਤ ਉਹਨੇ ਘਟਨਾਵਾਂ ਤਾਂ ਬਹੁਤ ਸੀ, ਪਰ ਸਾਨੂੰ ਉਸ ਟਾਈਮ ਹੁਣ ਸੋਝੀ ਨਹੀਂ ਹੈ ਕਿ ਬਹੁਤ ਟਾਈਮ ਹੋ ਗਿਆ ਲੰਮਾ, ਪਰ ਇਹ ਸਾਨੂੰ ਤਾਂ ਯਾਦ ਆ ਵੀ ਇਹ ਸਾਨੂੰ ਬਾਪੂ ਜੀ ਵੀ ਸੁਣਾਉਂਦੇ ਹੁੰਦੇ ਸੀਗੇ। ਫਿਰ ਜਿਸ ਟਾਈਮ ਤੁਹਾਡੇ ਦਾਦਾ ਜੀ ਨੇ ਫਿਰ ਜਿਹੜੇ ਵਸਤਰ ਦੇ ਕੇ ਗਏ ਨੇ ਮਹਾਰਾਜ ਜੀ, ਸਾਡੇ ਦਾਦਾ ਜੀ ਨੂੰ ਦੇ ਕੇ ਗਏ ਸੀਗੇ, ਬਾਬਾ ਕਰਮ ਸਿੰਘ ਜੀ ਨੂੰ, ਕਹਿੰਦੇ ਬਾਬਾ ਜੀ ਵੀ ਅਸੀਂ ਗੱਲ ਕਰ ਰਹੇ ਹਾਂ ਤੁਹਾਡੇ ਨਾਲ ਵੀ ਅੱਜ ਪਰਦੇ ਦੇ ਵਿੱਚ ਅੰਦਰ ਚੱਲੋ। ਚਲੋ ਸਾਡੇ ਦਾਦਾ ਜੀ ਨੂੰ ਸੰਤ ਬਾਬਾ ਈਸਰ ਸਿੰਘ ਜੀ ਧੰਨ ਗੁਰੂ ਨਾਨਕ ਅੰਦਰ ਲੈ ਕੇ ਚਲੇ ਗਏ ਅਤੇ ਜੱਫੀ ਪਾ ਕੇ ਕਹਿੰਦੇ ਬਾਬਾ ਜੀ ਅਸੀਂ ਚੱਲੇ ਹਾਂ ਤੁਹਾਨੂੰ ਪਤਾ। ਅਤੇ ਸਾਡੇ ਦਾਦਾ ਜੀ ਕਹਿਣ ਲੱਗੇ ਵੀ ਮਹਾਰਾਜ ਵੀ ਸਾਨੂੰ ਸਭ ਪਤਾ ਵੀ, ਕਹਿੰਦੇ ਤੁਹਾਨੂੰ ਦੱਸਿਆ ਕਿਹਨੇ ਪਹਿਲਾਂ ਤਾਂ ਇਹ ਦੱਸੋ। ਕਹਿੰਦੇ ਮਹਾਰਾਜ ਤੁਸੀਂ ਤਾਂ ਦੱਸਿਆ ਮੈਨੂੰ ਵੀ ਚੱਲੇ ਹਾਂ ਅਸੀਂ। ਕਹਿੰਦੇ ਮਹਾਰਾਜ ਵੀ ਹੋਰ ਵੀ ਤੈਨੂੰ ਕੁਛ ਪਤਾ ਹੋਣਾ, ਦਾਦਾ ਜੀ ਨੂੰ ਪੁੱਛਣ ਲੱਗੇ, ਕਹਿੰਦੇ ਹੋਰ ਵੀ ਕੁਛ ਪਤਾ ਹੋਣਾ। ਕਹਿੰਦੇ ਮਹਾਰਾਜ ਜੀ ਮੈਨੂੰ ਸਾਰਾ ਪਤਾ। ਕਹਿੰਦੇ ਵੀ ਹੋਰ ਤੈਨੂੰ ਕੀ ਪਤਾ ਫਿਰ? ਕਹਿੰਦੇ ਮੈਨੂੰ ਇਹ ਵੀ ਪਤਾ ਵੀ ਤੁਸੀਂ ਜਿਹੜੀ ਘੋੜਾ ਚੇਂਜ ਕਰਨ ਚੱਲੇ ਹੋ, ਵੀ ਤੁਸੀਂ ਆਪਣਾ ਹੁਣ ਸਰੀਰਕ ਤੌਰ 'ਤੇ ਨਹੀਂ ਵਰਤੋਂਗੇ ਇੱਦਾਂ ਹੀ, ਪਰ ਸਰੀਰਕ ਤੌਰ 'ਤੇ ਤੁਸੀਂ, ਅਤੇ ਕਿਉਂਕਿ ਤੁਹਾਡਾ ਸਮਾਂ ਉੱਥੇ ਦਾ। ਅਤੇ ਕਹਿੰਦੇ ਬਹੁਤ ਪਿਆਰ ਕੀਤਾ ਬਹੁਤ ਜ਼ਿਆਦਾ। ਅਤੇ ਕਹਿੰਦੇ ਵੀ ਫਿਰ ਅਸੀਂ ਹੁਣ ਤੁਹਾਨੂੰ ਇੱਕ ਵਸਤ ਦੇ ਕੇ ਜਾਣੀ ਆ, ਉਹਨਾਂ ਕੋਲ ਤੁਸੀਂ ਸਾਂਭ ਕੇ ਰੱਖੋ ਵੀ ਜਿੱਦਾਂ ਤੁਸੀਂ ਮੇਰੇ ਨਾਲ ਗੱਲ ਕਰਦੇ ਹੋ ਤੁਸੀਂ ਇੱਦਾਂ ਹੀ ਉਹਨਾਂ ਦੇ ਵਿੱਚ ਗੱਲ ਕਰ ਲਿਆ ਕਰੋ, ਤੁਹਾਨੂੰ ਆਵਾਜ਼ ਸੁਣਿਆ ਕਰੋ, ਆਤਮਕ ਆਵਾਜ਼ ਆਇਆ ਕਰੋ ਤੁਹਾਨੂੰ। ਅਤੇ ਜੀ ਉਹਨਾਂ ਨੇ ਆਪਣੇ ਪੂਰੇ ਵਸਤਰ ਇੱਕ ਉਹਨਾਂ ਦੇ ਲਪੇਟ ਕੇ ਦਿੱਤੇ, ਕਹਿੰਦੇ ਵੀ ਆਹ ਮੇਰੀ ਦਾਤ ਰੱਖ। ਸੰਤ ਬਾਬਾ ਈਸਰ ਸਿੰਘ ਜੀ ਨੇ ਆਪਣੇ ਵਸਤਰ ਆਪਣੇ ਹੱਥੀਂ ਦਾਦਾ ਜੀ ਨੂੰ ਦਿੱਤੇ ਅਤੇ ਉਹਦੇ 'ਚ 2 ਸ੍ਰੀ ਸਾਹਿਬ ਸੀਗੇ, ਡੋਲ ਸੀ, ਸਿਮਰਨਾ ਅਤੇ ਵਸਤਰ ਸੀਗੇ ਮਹਾਰਾਜ ਜੀ ਦੇ, ਅਤੇ ਦਿੱਤੇ ਅਤੇ ਕਹਿੰਦੇ ਵੀ ਇੱਦਾਂ ਕਰ ਵੀ ਸਾਂਭ ਕੇ ਰੱਖੀ ਵੀ ਜਾਂ ਤੇਰੀ ਦਿਲ ਕਰੂ ਯਾਦ ਆਵੇ, ਕਿਉਂਕਿ ਯਾਦ ਤਾਂ ਆਉਣੀ ਆ, ਯਾਦ ਮੈਨੂੰ ਤੇਰੀ ਯਾਦ ਆਉਣੀ ਆ, ਬੇਸ਼ੱਕ ਚਲੇ ਵੀ ਜਾਈਏ, ਯਾਦ ਆਉਣੀ ਆ ਤਾਂ ਜ਼ਰੂਰ ਗੱਲਬਾਤ ਕਰਨੀ ਆ, ਤਾਂ ਮੈਨੂੰ ਵੀ ਪਤਾ ਲੱਗ ਜੂ ਗੱਲ ਕਰ ਰਿਹਾ ਮੇਰੇ ਨਾਲ। ਅਤੇ ਉਹ ਤੋਂ ਬਾਅਦ ਦੇ ਵਿੱਚ
बाबा जी बाहर आ गए, चलो संत बाबा ईसा सिंह जी रड़ा साहब वाले गड्डी च बैठ के चल पे, तो दादा जी ने सैकल चक्या बाहर खड़ गए राणा साहब गुरुद्वारा साहब दे, ते देखिया गुरुद्वारा साहब वाल, कहिंदा यारा जे तू चलिया गया तेरे तो बगैर मेरा की आवे, सुनना पिया तेरे तो बगैर तो यह तेरे नाल रौनकां सी, तेरे नाल मेरे मन दे विच फुल्लां दे बाग लगे हुए सी, जो मैं खुश रहिंदा सीगा तेरे तो बगैर तो मैं कुछ नहीं हैगा। फिर ये जांदे सी भुट्टा पैंदा नेड़े पिंड, उत्थे फिर दादा जी चले।